ਸ਼੍ਰੋਮਣੀ ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਕੀਤੀ ਗਈ ਮੰਗ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਸਜ਼ਾਵਾਂ ਪੂਰੀਆਂ ਕਰਨ ਵਾਲੇ ਬੰਦੀ ਸਿੰਘਾਂ ਨੂੰ ਜਲਦ ਰਿਹਾ ਕੀਤਾ ਜਾਵੇ। ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਬਾਰੇ ਕੇਜਰੀਵਾਲ ਸਰਕਾਰ ਫੈਸਲਾ ਲਵੇ। ਇਸ ਨਾਲ ਹੀ ਕਿਹਾ ਕਿ ਰਾਜੋਆਨਾ ਦੀ ਰਿਹਾਈ ਸੰਬੰਧੀ ਵੀ ਕੇਂਦਰ ਵੱਲੋਂ ਜਲਦ ਫੈਸਲਾ ਲਿਆ ਜਾਏ। ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਰਵਨੀਤ ਬਿੱਟੂ ਰਾਜੋਆਨਾ ਦੀ ਰਿਹਾਈ ਤੇ ਸਿਆਸਤ ਕਰ ਰਹੇ ਨੇ। ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਸਵਾਲ ਹੈ ਕਿ ਕੀ ਅੱਜ ਵੀ ਕਾਂਗਰਸ ਸਿੱਖ ਵਿਰੋਧੀ ਸੋਚ ਲੈ ਕੇ ਚੱਲ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸਜ਼ਾਵਾਂ ਪੂਰੀਆਂ ਕਰਨ ਵਾਲੇ ਬੰਦੀ ਸਿੰਘਾਂ ਨੂੰ ਜਲਦ ਹੀ ਰਿਹਾ ਕੀਤਾ ਜਾਵੇ। ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਬਾਰੇ ਕੇਜਰੀਵਾਲ ਸਰਕਾਰ ਜਲਦ ਫੈਸਲਾ ਲਵੇ। ਇਸ ਨਾਲ ਹੀ ਉਹਨਾਂ ਕਿਹਾ ਕਿ ਰਾਜੋਆਣਾ ਦੀ ਰਿਹਾਈ ਸੰਬੰਧੀ ਵੀ ਕੇਂਦਰ ਵੱਲੋਂ ਜਲਦ ਫੈਸਲਾ ਲਿਆ ਜਾਏ। ਸਮੇਂ ਦੀ ਹਕੂਮਤ ਨੇ, ਇੰਦਰਾ ਗਾਂਧੀ ਨੇ, ਕਾਂਗਰਸ ਸਰਕਾਰ ਨੇ, ਉਸ ਸਮੇਂ ਦੀ ਕੇਂਦਰੀ ਸਰਕਾਰ ਨੇ ਸਭ ਤੋਂ ਪਵਿੱਤਰ ਅਸਥਾਨ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਟੈਂਕਾਂ ਅਤੇ ਤੋਪਾਂ ਦੇ ਨਾਲ ਹਮਲਾ ਕੀਤਾ ਸੀ। ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿਢੇਰੀ ਕੀਤਾ ਸੀ, ਹਜ਼ਾਰਾਂ ਸਿੱਖਾਂ ਨੂੰ ਸ਼ਹੀਦ ਕੀਤਾ ਸੀ। ਉਹਦੇ ਰੋਸ ਵਜੋਂ ਭਾਵਨਾ ਦੇ ਵਿੱਚ ਵਹਿ ਕੇ ਜਜ਼ਬਾਤੀ ਹੋ ਕੇ ਉਹਨਾਂ ਨੇ ਕੋਈ ਕਦਮ ਪੁੱਟੇ, ਅਦਾਲਤਾਂ ਨੇ ਦੋਸ਼ੀ ਠਹਿਰਾਤਾ ਅਤੇ ਅੱਜ 25-27 ਸਾਲ 30 ਸਾਲ ਤੋਂ ਜੇਲ੍ਹਾਂ 'ਚ ਬੰਦ ਨੇ। ਔਰ ਜਵਾਨੀ ਦੀ ਉਮਰੇ ਜੇਲ੍ਹਾਂ 'ਚ ਗਏ ਸੀ, ਅੱਜ ਬੁਢਾਪੇ 'ਚ ਆ ਗਏ ਨੇ। ਔਰ ਸ਼੍ਰੋਮਣੀ ਅਕਾਲੀ ਦਲ ਨੇ ਸਮੇਂ ਸਮੇਂ 'ਤੇ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਵਾਜ਼ ਉਠਾਈ ਹੈ, ਯਤਨ ਕੀਤੇ ਨੇ। 550 ਸਾਲਾ ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਮਨਾਇਆ ਜਾ ਰਿਹਾ ਸੀ ਅਤੇ ਹਿੰਦੁਸਤਾਨ ਦੀ ਸਰਕਾਰ ਨੇ ਸਿੱਖ ਭਾਵਨਾਵਾਂ ਦੀ ਕਦਰ ਕਰਦਿਆਂ ਹੋਇਆਂ ਸਿੱਖਾਂ ਨੂੰ ਇੱਕ ਤੋਹਫੇ ਦੇ ਰੂਪ ਦੇ ਵਿੱਚ ਜਿਹੜੀ ਬੜੀ ਵੱਡੀ ਮੰਗ ਸੀ ਸਿੱਖ ਜਗਤ ਦੀ, 8 ਬੰਦੀ ਸਿੰਘਾਂ ਨੂੰ ਰਿਹਾ ਕਰਨ ਅਤੇ 9ਵੇਂ ਜਿਹੜੇ ਭਾਈ ਬਲਵੰਤ ਸਿੰਘ ਰਾਜੋਆਣਾ ਸੀ ਉਹਨਾਂ ਦੀ ਫਾਂਸੀ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤੀ ਸੀ। ਅਤੇ ਤੁਸੀਂ ਹਿਸਾਬ ਲਾ ਲਓ ਕਿ 2.5 ਸਾਲ ਹੋ ਗਏ ਨੇ ਉਸ ਨੋਟੀਫਿਕੇਸ਼ਨ ਹੋਈ ਨੂੰ। ਉਸ ਨੋਟੀਫਿਕੇਸ਼ਨ 'ਤੇ ਵੀ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਹੋਇਆ। ਔਰ ਜਿਹੜੇ ਉਹ 8 ਬੰਦੀ ਸਿੰਘਾਂ ਦੀ ਰਿਹਾਈ ਦੀ ਨੋਟੀਫਿਕੇਸ਼ਨ ਜਾਰੀ ਹੋਈ, ਉਹਦੇ ਵਿੱਚੋਂ 6 ਪਹਿਲਾਂ ਹੀ ਰਿਹਾ ਹੋ ਚੁੱਕੇ ਸੀਗੇ। ਅਸੀਂ ਜਿੱਥੇ ਭਾਈ ਬਲਵੰਤ ਸਿੰਘ ਰਾਜੋਆਣਾ ਜਿਨ੍ਹਾਂ ਬਾਰੇ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਹੈ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਿਨ੍ਹਾਂ ਦੀ ਰਿਹਾਈ ਦੀ ਫਾਈਲ ਕੇਜਰੀਵਾਲ ਦੀ ਸਰਕਾਰ ਦੀ ਟੇਬਲ 'ਤੇ ਪਈ ਹੈ, ਔਰ ਭਾਈ ਗੁਰਦੀਪ ਸਿੰਘ ਖੇੜਾ ਜਿਹੜੇ 30 ਸਾਲ ਤੋਂ ਬੰਦ ਹੈ ਉਹਨਾਂ ਦੀ ਰਿਹਾਈ ਮੰਗ ਕਰਦੇ ਹੈ। ਉੱਥੇ ਨਾਲ ਹੀ ਜਿਹੜੇ 3 ਬੰਦੀ ਸਿੰਘ ਨੇ ਜਿਹੜੇ ਸਮੇਂ ਸਮੇਂ 'ਤੇ ਪੈਰੋਲ ਕੱਟ ਕੇ ਜਾਂਦੇ ਨੇ, ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ ਜਿਹੜੇ ਕੇਂਦਰੀ ਜੇਲ੍ਹ ਬੜੈਲ ਦੇ ਅੰਦਰ ਬੇਅੰਤੇ ਦੇ ਕੇਸ 'ਚ ਬੰਦ ਨੇ, ਉਹਨਾਂ ਦੀ ਵੀ ਰਿਹਾਈ ਹੋਣੀ ਚਾਹੀਦੀ ਹੈ। ਔਰ ਇਹਦੇ ਨਾਲ ਹੀ ਭਾਈ ਜਗਤਾਰ ਸਿੰਘ ਹਵਾਰਾ ਜਿਹੜੇ ਉਹ ਵੀ 27 ਸਾਲ ਤੋਂ ਬੰਦ ਨੇ, ਔਰ ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਜਗਤਾਰ ਸਿੰਘ ਤਾਰਾ। ਔਰ ਅੱਜ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਪੰਜਾਬ ਦੇ ਅੰਦਰ ਨੋਰਮੈਲਸੀ ਹੈ, ਅਮਨ ਅਮਾਨ ਹੈ। ਉਸ ਸਮੇਂ ਹਾਲਾਤ ਅਜਿਹੇ ਪੈਦਾ ਹੋਏ ਜਦੋਂ ਕੁਛ ਜਜ਼ਬਾਤੀ ਹੋ ਕੇ ਸਿੱਖ ਨੌਜਵਾਨਾਂ ਨੇ ਕਦਮ ਚੁੱਕੇ, ਜੇ ਸਜ਼ਾਵਾਂ ਹੋ ਗਈਆਂ, ਸਜ਼ਾਵਾਂ ਕੱਟ ਲਈਆਂ ਨੇ। ਇੱਕ ਵਿਅਕਤੀ ਨੂੰ ਤੁਸੀਂ ਇੱਕ ਹੀ ਸਜ਼ਾ ਦੇ ਸਕਦੇ, ਜੇ ਇਹ ਦੂਣੀ ਤੋਂ ਵੱਧ ਕੱਟ ਚੁੱਕੇ ਨੇ ਅਤੇ ਫਿਰ ਵੀ ਉਹਨਾਂ ਨੂੰ ਰਿਹਾ ਨਾ ਕੀਤਾ ਜਾਵੇ ਤਾਂ ਸਾਡੇ ਸਾਹਮਣੇ ਹੈ। ਅਸੀਂ ਬੀਬਾ ਹਰਸਿਮਰਤ ਕੌਰ ਬਾਦਲ ਜੀ ਵੱਲੋਂ ਔਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਚੁੱਕੇ ਹੋਏ ਕਦਮਾਂ ਦੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸ਼ਲਾਘਾ ਕਰਦੇ ਹਾਂ। ਔਰ ਸਮੁੱਚੇ ਪੰਜਾਬੀ ਭਾਈਚਾਰੇ ਨੂੰ, ਚਾਹੇ ਸਿੱਖ ਹੈ, ਚਾਹੇ ਹਿੰਦੂ ਭਾਈਚਾਰਾ ਹੈ, ਚਾਹੇ ਮੁਸਲਿਮ ਭਾਈਚਾਰਾ ਹੈ, ਚਾਹੇ ਇਸਾਈ ਭਾਈਚਾਰਾ ਹੈ, ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਇੱਕ ਮਤ, ਇੱਕ ਆਵਾਜ਼ ਹੋ ਕੇ ਉਹਨਾਂ ਬੰਦੀ ਸਿੰਘਾਂ ਦੇ ਜਿਹੜੇ ਜਵਾਨੀ 'ਚ ਗਏ ਸੀ, ਅੱਜ ਬੁਢਾਪੇ 'ਚ ਆ ਗਏ ਨੇ ਔਰ ਖਤਰਨਾਕ ਬਿਮਾਰੀਆਂ ਦੇ ਉਹ ਸ਼ਿਕਾਰ ਹੋ ਚੁੱਕੇ ਨੇ, ਉਹਨਾਂ ਦੀ ਰਿਹਾਈ ਵਾਸਤੇ ਯਤਨ ਕੀਤੇ ਜਾਣ।